ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾ ਸਿਮਰਨ ਜੋਤ ਸਿੰਘ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਕਿ ਦੁਨੀਆ ਭਰ ਦੇ ਵਿੱਚ ਅਗਲੇ 48 ਘੰਟਿਆਂ ਚ ਇੰਟਰਨੈਟ ਬੰਦ ਹੋ ਸਕਦਾ ਹੈ ਇੰਟਰਨੈਟ ਠੱਪ ਹੋਣ ਨੂੰ ਲੈ ਕੇ ਲਗਾਤਾਰ तमाम ਖਬਰਾਂ ਆ ਰਹੀਆਂ ਨੇ ਹਾਲਾਂਕਿ ਕੁਝ ਪ੍ਰਮੁੱਖ ਵੈਬਸਾਈਟਸ ਨੇ ਜਿਹੜੀਆਂ ਭਾਰਤ ਦੀਆਂ ਉਹਨਾਂ ਦੇ ਵੱਲੋਂ ਇਸ ਦਾ ਖੰਡਨ ਕੀਤਾ ਗਿਆ ਹੈ ਕਿ ਪੂਰੀ ਤਰ੍ਹਾਂ ਦੇ ਉੱਤੇ ਬੰਦ ਨਹੀਂ ਹੋਊਗਾ ਜਿਹੜੀਆਂ ਜਿਹੜੀਆਂ ਕੰਪਨੀਆਂ ਤੁਹਾਨੂੰ ਇੰਟਰਨੈਟ ਪ੍ਰੋਵਾਈਡ ਕਰਦੀਆਂ ਜੇਕਰ ਉਹਨਾਂ ਦੇ ਵੱਲੋਂ ਤਿਆਰੀ ਨਹੀਂ ਕੀਤੀ ਗਈ ਹੈ ਤਾਂ ਇੰਟਰਨੈਟ ਸਮੱਸਿਆ ਆ ਸਕਦੀ ਹੈ ਨੈਟਵਰਕ ਦੇ ਵਿੱਚ ਸਮੱਸਿਆ ਤੁਹਾਨੂੰ ਆ ਸਕਦੀ ਹੈ ਦਾ ਕਾਰਨ ਦੱਸ ਦਿੰਨੇ ਆ ਕਿ ਜਿਹੜੇ ਰਸ਼ੀਆ ਟੂਡੇ ਦੇ ਵੱਲੋਂ ਇਹ ਰਿਪੋਰਟ ਕੀਤਾ ਗਿਆ ਰਸ਼ੀਆ ਟੂਡੇ ਰਸ਼ੀਆ ਦੇ ਇੱਕ ਅਖਬਾਰ ਹੈ ਉਹਦੇ ਵੱਲੋਂ ਇਹ ਰਿਪੋਰਟ ਕੀਤਾ ਗਿਆ ਉਹਦੀ ਖਬਰ ਹੈ ਕਿ ਦੁਨੀਆ ਭਰ ਦੇ ਇੰਟਰਨੈਟ ਉਪਭੋਗਤਾ ਨੇ ਜਿਹੜੇ ਉਹਨਾਂ ਨੂੰ ਨੈਟਵਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪ੍ਰਮੁੱਖ ਡੋਮੇਨ ਸਰਵਰ ਨੇ ਜਿਹੜੇ ਉਹਨਾਂ ਨੂੰ ਅਗਲੇ 48 ਘੰਟਿਆਂ ਦੇ ਵਿੱਚ ਰੂਟੀਨ ਰੱਖ-ਰਖਾਅ ਵਾਸਤੇ ਜਿਹੜਾ ਉਹਦਾ ਰੱਖ-ਰਖਾਅ ਕੀਤਾ ਜਾਏਗਾ ਉਹਦੇ ਉਹਦੇ ਵਿੱਚ ਚੇਂਜਸ ਕੀਤੀਆਂ ਜਾਂਦੀਆਂ ਔਰ ਇਸ ਨੂੰ ਲੈ ਕੇ ਲਗਾਤਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਗਲੇ 48 ਘੰਟੇ ਤੁਹਾਡਾ ਇੰਟਰਨੈਟ ਜਿਹੜਾ ਹੈ ਉਹ ਠੱਪ ਹੋ ਸਕਦਾ ਹੈ ਨੈਟਵਰਕ ਦੀ ਤੁਹਾਨੂੰ ਇਸ਼ੂਜ਼ ਆ ਸਕਦੇ ਆ ਜਾਂ ਫਿਰ ਬੰਦ ਵੀ ਹੋ ਸਕਦਾ ਹੈ ਇਹ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ ਇਹਦੇ ਇੰਪੈਕਟ ਕੀ ਕੀ ਪੈ ਸਕਦੇ ਨੇ ਜੇ ਇਸ ਤਰ੍ਹਾਂ ਹੁੰਦਾ ਤਾਂ ਕੁਝ ਮਿਸਾਲ ਦੇ ਤੌਰ ਤੇ ਚੀਜ਼ਾਂ ਦੱਸ ਦਿੰਨੇ ਆ ਤੁਹਾਨੂੰ ਪੂਰੀ ਦੁਨੀਆ ਦੀ ਸਟਾਕ ਮਾਰਕੀਟਸ ਜਿਹੜੀਆਂ ਉਹ ਠੱਪ ਹੋ ਜਾਣਗੀਆਂ ਜੇ 48 ਘੰਟੇ ਵਾਸਤੇ ਇੰਟਰਨੈਟ ਬੰਦ ਹੋ ਜਾਂਦਾ ਹੈ ਤਾਂ ਲਗਭਗ 2 ਦਿਨਾਂ ਵਾਸਤੇ ਪੂਰੀ ਦੁਨੀਆ ਦੇ ਵਿੱਚ ਚੱਲ ਰੀਆਂ ਜਿੰਨੀਆਂ ਸਟਾਕ ਮਾਰਕੀਟਸ ਨੇ ਉਹ ਪੂਰਨ ਤੌਰ ਤੇ ਠੱਪ ਹੋ ਜਾਣਗੀਆਂ ਜਿੰਨੀਆਂ ਫਲਾਈਟਸ ਚੱਲਦੀਆਂ ਨੇ ਜਿਹੜੀਆਂ ਇੰਟਰਨੈਟ ਦੇ ਥਰੂ ਅਸੀਂ ਫਲਾਈਟਸ ਬੁੱਕ ਕਰਦੇ ਆਂ 에ਅਰਪੋਰਟਸ ਦੇ ਉੱਤੇ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਸਾਰਾ ਸਿਸਟਮ ਇੰਟਰਨੈਟ ਦੇ ਥਰੂ ਚੱਲਦਾ ਹੈ ਜਿੰਨੀਆਂ ਫਲਾਈਟਸ ਚੱਲਦੀਆਂ ਨੇ ਜਿੰਨੀਆਂ ਦੁਨੀਆ ਭਰ ਦੇ ਵਿੱਚ ਗਲੋਬਲੀ ਪੂਰੇ ਗਲੋਬਲ ਸਿਸਟਮ ਦੇ ਵਿੱਚ ਜਿੰਨੇ 에ਅਰਪੋਰਟਸ ਨੇ ਜਿੰਨੀਆਂ ਕੰਪਨੀਆਂਜ਼ ਨੇ ਜਿਹੜੀਆਂ ਫਲਾਈਟਸ ਜਿਹੜੀਆਂ ਪ੍ਰੋਵਾਈਡ ਕਰਾਉਂਦੀਆਂ ਉਹ ਸਾਰਾ ਸਿਸਟਮ ਇੰਟਰਨੈਟ ਦੇ ਥਰੂ ਚੱਲਦਾ ਉਹ ਵੀ ਠੱਪ ਹੋਣ ਦੀ ਸੰਭਾਵਨਾ ਹੈ ਪਰ ਹਾਲੇ ਸਿਰਫ ਸੰਭਾਵਨਾ ਹੈ ਪੱਕੇ ਤੌਰ ਤੇ ਸੀ ਨਹੀਂ ਕਹਿ ਰਹੇ ਕਿ ਇਸ ਤਰ੍ਹਾਂ ਹੋਊਗਾ ਮਿਸਾਲ ਦੇ ਤੌਰ ਤੇ ਕੁਝ ਚੀਜ਼ਾਂ ਜਿਹੜੀਆਂ ਅਸੀਂ ਦਸੀਆਂ ਉਸ ਦੇ ਵਿੱਚ ਰੇਲਵੇ ਦੁਨੀਆ ਭਰ ਦੇ ਵਿੱਚ ਰੇਲਵੇ ਸਿਸਟਮ ਜਿਹੜਾ ਇੰਟਰਨੈਟ ਦੇ ਥਰੂ ਚੱਲਦਾ ਹੈ ਬਹੁਤ ਸਾਰੇ ਟੈਲੀਵਿਜ਼ਨ ਨੈਟਵਰਕਸ ਨੇ ਜਿਹੜੇ ਉਹ ਇੰਟਰਨੈਟ ਦੇ ਥਰੂ ਜਿਹੜੇ ਚੱਲ ਰਹੇ ਤਾਂ ਹਰ ਇੱਕ ਚੀਜ਼ ਇੰਟਰਨੈਟ ਦੇ ਉੱਤੇ ਸਾਡੀ ਪੂਰੇ ਗਲੋਬ ਦੇ ਵਿੱਚ ਬੇਸਡ ਹੈ ਔਰ ਅਗਲੇ 48 ਘੰਟੇ ਇ ਟੱਪ ਹੋ ਸਕਦਾ ਹੈ ਜਾਂ ਫਿਰ ਨੈਟਵਰਕ ਦੇ ਇਸ਼ੂਸ ਜਿਹੜੇ ਆ ਸਕਦੇ ਇਸ ਦੇ ਵਿੱਚ ਇੰਟਰਨੈਟ ਕੋਆਪਰੇਸ਼ਨ ਆਫ ਅਸਾਈਨਡ ਨੇਮ ਐਂਡ ਨੰਬਰ ਜਿਹੜਾ ਹੈ ਇਹ ICANN ਇੱਕ ਸੰਸਥਾ ਹੈ ਜੋ ਜਿਹੜੇ ਅਸਾਈਨਡ ਨੇਮ ਨੇ ਜਿਹੜੇ ਡੋਮੇਨ ਜਿਸ ਨੂੰ ਕਹਿ ਦਿੰਦੇ ਆ ਜਿਸ ਤਰ੍ਹਾਂ ਵੈਬਸਾਈਟ ਹੈ ਮਿਸਾਲ ਦੇ ਤੌਰ ਤੇ www.dailypostpunjabi.in ਤਾਂ ਡੇਲੀ ਪੋਸਟ ਪੰਜਾਬੀ ਦਾ ਜਿਹੜਾ ਡੋਮੇਨ ਹੈ ਜਿਹੜੇ ਸਰਵਰਸ ਦੇ ਵਿੱਚ ਇਹ ਡੋਮੇਨ ਜਿਹੜੇ ਪ੍ਰੋਵਾਈਡ ਕਰਦੇ ਨੇ ਉੱਥੇ ਰੂਟੀਨ ਰੱਖ-ਰਖਾਅ ਵਾਸਤੇ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਇਹ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਜਿੰਨੇ ਨੈਟਵਰਕ ਪ੍ਰੋਵਾਈਡਰਸ ਨੇ ਉਹਨਾਂ ਨੂੰ ਇਹਦੇ ਬਾਰੇ ਵਾਰਨਿੰਗ ਜ਼ਰੂਰ ਦਿੱਤੀ ਗਈ ਹੈ ਜੇਕਰ ਕਿਸੇ ਨੈਟਵਰਕ ਪ੍ਰੋਵਾਈਡਰ ਦੇ ਵੱਲੋਂ ਇਹਦੀ ਤਿਆਰੀ ਨਹੀਂ ਕੀਤੀ ਤਾਂ ਇੰਟਰਨੈਟ ਉਸੇ ਨੈਟਵਰਕ ਪ੍ਰੋਵਾਈਡਰ ਦਾ ਬੰਦ ਹੋ ਸਕਦਾ ਹੈ ਜੇਕਰ ਇਸ ਦੀ ਪੂਰੀ ਤਿਆਰੀ ਹੈ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ ਦੂਸਰੇ ਪਾਸੇ ਇਹ ਵੀ ਦੱਸ ਦਿੰਦੇ ਹਾਂ ਕਿ ਕ੍ਰਿਪਟੋਗ੍ਰਾਫਿਕ ਕੀ ਹੁੰਦੀ ਹੈ ਉਸ ਨੂੰ ਬਦਲਿਆ ਜਾ ਰਿਹਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਸੰਬੰਧੀ ਜਿਹੜੇ ਸਾਈਬਰ ਕ੍ਰਾਈਮ ਨੇ ਉਹ ਬਹੁਤ ਵਧ ਰਹੇ ਸੀਗੇ ਜਿਹੜੇ ਅਟੈਕਸ ਹੋ ਰਹੇ ਸੀ ਸਾਈਬਰ ਅਟੈਕਸ ਉਹ ਬਹੁਤ ਵਧ ਰਹੇ ਸੀਗੇ ਲਗਾਤਾਰ ਸਾਈਬਰ ਅਟੈਕਸ ਹੋ ਰਹੇ ਸੀਗੇ ਔਰ ਹੈਕਰਸ ਜਿਹੜੇ ਸੀਗੇ ਉਹ ਲਗਾਤਾਰ ਆਪ ਦਾ ਜਿਹੜਾ ਦਬਦਬਾ ਬਣਾਉਂਦੇ ਜਾ ਰਹੇ ਸੀ ਤਾਂ ਇਸ ਨੂੰ ਦੇਖਦੇ ਹੋਏ ਹੁਣ ਕ੍ਰਿਪਟੋਗ੍ਰਾਫਿਕ ਕੀ ਨੂੰ ਬਦਲਿਆ ਜਾ ਰਿਹਾ ਉਸ ਦੇ ਬਦਲਨ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਚੀਜ਼ਾਂ ਬਹੁਤ ਬਿਹਤਰ ਇੰਟਰਨੈਟ ਦੀ ਦੁਨੀਆ ਦੇ ਵਿੱਚ ਹੋ ਜਾਣਗੀਆਂ ਸੋ ਜੇਕਰ ਇਹ ਤਿਆਰੀਆਂ ਨਹੀਂ ਕੀਤੀਆਂ ਗਿਆ ਔਰ ਸਰਵਿਸ ਪ੍ਰੋਵਾਈਡਰਸ ਦੇ ਵੱਲੋਂ ਇਹ ਤਿਆਰੀ ਨਹੀਂ ਕੀਤੀ ਗਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਅਗਲੇ 48 ਘੰਟਿਆਂ ਦੇ ਵਿੱਚ ਇੰਟਰਨੈਟ ਨੈਟਵਰਕ ਜਿਹੜਾ ਉਹ ਜਾਂ ਤਾਂ ਨੈਟਵਰਕ ਦੀ ਦਿੱਕਤ ਆਊਗੀ ਜਾਂ ਫਿਰ ਇੰਟਰਨੈਟ ਬੰਦ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਦੱਸ ਦਈਏ ਕਿ ਇੰਟਰਨੈਟ ਕੋਰਪੋਰੇਸ਼ਨ ਆਫ ਅਸਾਈਨਡ ਨੇਮ ਐਂਡ ਨੰਬਰ ਕ੍ਰਿਪਟੋਗ੍ਰਾਫਿਕ ਕੀ ਨੂੰ ਬਦਲ ਕੇ ਇਸ ਸਮੇਂ ਦੌਰਾਨ ਰੱਖ-ਰਖਾਵ ਦਾ ਕੰਮ ਕਰੇਗਾ ਜੋ ਕਿ ਇੰਟਰਨੈਟ ਦੀ ਐਡਰੈਸ ਬੁੱਕ ਜਾਂ ਡੋਮੇਨ ਨੇਮ ਸਿਸਟਮ ਜਿਹੜਾ ਡੀਐਨਐਸ ਹੁੰਦਾ ਹੈ ਡੋਮੇਨ ਨੇਮ ਸਿਸਟਮ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ www.dailypostpunjabi.in ਉਸ ਦੀ ਸੁਰੱਖਿਆ 'ਚ ਮਦਦ ਕਰੂਗਾ ਜਿਹੜੀ ਕ੍ਰਿਪਟੋਗ੍ਰਾਫਿਕ ਕੀ ਬਦਲੀ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਇੰਟਰਨੈਟ ਕੋਆਪਰੇਸ਼ਨ ਆਫ ਅਸਾਈਨਡ ਨੇਮ ਐਂਡ ਨੰਬਰ ਜਿਹੜਾ ਇਹ ਕ੍ਰਿਪਟੋਗ੍ਰਾਫਿਕ ਕੀ ਨੂੰ ਬਦਲ ਰਿਹਾ ਹੈ ਇਹਦਾ ਰੱਖ-ਰਖਾਵ ਕਰ ਰਿਹਾ ਉਹ ਡੀਐਨਐਸ ਸਿਸਟਮ ਦੀ ਸੁਰੱਖਿਆ ਦੇ ਵਿੱਚ ਮਦਦ ਕਰੂਗਾ ਜਿਹੜੇ ਡੀਐਨਐਸ ਸਿਸਟਮ ਦੀ ਜ਼ਿਕਰ ਅਸੀਂ ਹੁਣੇ ਕੀਤਾ ਹੈ ਸਾਈਬਰ ਹਮਲਿਆਂ ਦੇ ਵਧ ਰਹੀ ਘਟਨਾਵਾਂ ਦਾ ਮੁਕਾਬਲਾ ਕਰਨ ਦੇ ਲਈ ਹੁਣੇ ਜ਼ਰੂਰੀ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਲਗਾਤਾਰ ਸਾਈਬਰ ਹਮਲੇ ਹੋ ਰਹੇ ਹੈ ਫੇਸਬੁੱਕ ਦਾ ਜ਼ਿਕਰ ਹੋਇਆ ਸੀ ਕਿ ਲੱਖਾਂ ਅਕਾਊਂਟ ਫੇਸਬੁੱਕ ਤੇ ਹੈਕ ਹੋਏ ਨੇ ਔਰ ਲੋਕਾਂ ਦੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਚੋਰੀ ਹੋ ਰਹੀ ਹੈ ਸੋ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿੰਨੇ ਅਟੈਕਸ ਹੋ ਰਹੇ ਸੀਗੇ ਉਹਨੂੰ ਉਸ ਤੋਂ ਬਚਣ ਦੇ ਲਈ ਇਸ ਤਰ੍ਹਾਂ ਹੋ ਰਿਹਾ ਅਗਲੇ 48 ਘੰਟੇ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਇੰਟਰਨੈਟ ਬੰਦ ਹੋਊਗਾ ਹੀ ਹੋਊਗਾ ਔਰ ਅਸੀਂ ਕੁਝ ਦੇਰ ਦੇ ਵਿੱਚ ਇੱਕ ਦੋ ਵੈਬਸਾਈਟਸ ਦਾ ਤੁਹਾਨੂੰ ਤਰਕ ਵੀ ਦਿਖਾਉਣੇ ਆ ਪਰ ਮੰਨਿਆ ਜਾ ਰਿਹਾ ਰਸ਼ੀਆ ਟੂਡੇ ਨੇ ਰਿਪੋਰਟ ਕੀਤਾ ਕਿ ਹੋ ਸਕਦਾ ਹੈ ਐਸਾ ਇਸ ਕਰਕੇ ਅਵੇਅਰ ਕੀਤਾ ਜਾ ਰਿਹਾ ਲੋਕਾਂ ਨੂੰ ਇੱਕ ਬਿਆਨ ਦੇ ਵਿੱਚ ਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਟੀ ਨੇ ਕਿਹਾ ਹੈ ਕਿ ਸੁਰੱਖਿਆਤ ਅਤੇ ਸਟਰ ਡੀਐਨਐਸ ਨੂੰ ਯਕੀਨੀ ਬਣਾਉਣ ਦੇ ਵਾਸਤੇ ਵਿਆਪਕ ਇੰਟਰਨੈਟ ਸ਼ਟਡਾਊਨ ਜ਼ਰੂਰੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਸੁਰੱਖਿਅਤ ਬਣਾਉਣ ਵਾਸਤੇ ਸ਼ਟਡਾਊਨ ਇੱਕ ਵਾਰ ਕਰਨਾ ਪਊਗਾ ਜੋ ਜ਼ਰੂਰੀ ਹੈ ਕੁਝ ਇੰਟਰਨੈਟ ਉਪਭੋਗਤਾ ਪ੍ਰਭਾਵਿਤ ਹੋ ਸਕਦੇ ਨੇ ਕੁਝ ਇੰਟਰਨੈਟ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਨੈਟਵਰਕ ਪ੍ਰੋਵਾਈਡਰਸ ਨੇ ਮਿਸਾਲ ਦੇ ਤੌਰ ਤੇ ਸਾਡੇ ਕੋਲ Airtel ਹੈ Idea ਹੈ Jio ਹੈ ਜਿਹੜੇ ਨੈਟਵਰਕ ਪ੍ਰੋਵਾਈਡਰਸ ਨੇ ਜੇਕਰ ਉਹ ਆਪਣੀ ਤਿਆਰੀ ਨਹੀਂ ਕਰਦੇ ਇਸ ਸ਼ਟਡਾਊਨ ਨੂੰ ਲੈ ਕੇ ਤਾ ਇਹ ਪ੍ਰਭਾਵਿਤ ਹੋ ਸਕਦੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਉਹਨਾਂ ਦੇ ਨੈਟਵਰਕ ਆਪਰੇਟਰ ਜਾਂ ਇੰਟਰਨੈਟ ਸੇਵਾ ਜਿਹੜੇ ਆਈਪੀ ਆਈਐਸਪੀ ਦੇਣ ਵਾਲੇ ਨੇ ਉਹ ਬਦਲਾਅ ਦੇ ਲਈ ਤਿਆਰ ਨਹੀਂ ਹੈਗੇ ਸੋ ਅਗਲੇ 48 ਘੰਟਿਆਂ ਜਿਹੜਾ ਗਲੋਬਲ ਸ਼ਟਡਾਊਨ ਹੋਣਾ ਹੈ ਉਹਦੇ ਬਦਲਾਅ ਵਾਸਤੇ ਤੁਹਾਡੇ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਨੂੰ ਤਿਆਰ ਰਹਿਣਾ ਪਊਗਾ ਚਾਹੇ ਉਹ ਸਾਡੇ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਨੇ Airtel ਹੋਵੇ Idea ਹੋਵੇ Reliance ਦਾ Jio ਹੋਵੇ ਇਸਤਰਾਣੀਆਂ ਜਿਹੜੀਆਂ ਕੰਪਨੀਆਂਜ਼ ਨੇ ਕਨੈਕਟ ਜਿਹੜੀ ਹੈ ਸਾਨੂੰ ਲੈਂਡਲਾਈਨ ਦਿੰਦੀ ਹੈ ਨੈਟਪਲੱਸ ਹੈ ਜਿਹੜੀ ਉਹ ਸਾਨੂੰ ਲੈਂਡਲਾਈਨ ਇੰਟਰਨੈਟ ਦਿੰਦੀ ਹੈ ਉਹਨਾਂ ਨੂੰ ਤਿਆਰੀ ਰੱਖਣੀ ਪਊਗੀ ਉਹਨਾਂ ਨੂੰ ਤਿਆਰ ਰਹਿਣਾ ਪਊਗਾ ਜਾਣਕਾਰੀ ਹੈ ਕਿ ਇੰਟਰਨੈਟ ਉਪਭੋਗਤਾਵਾਂ ਨੂੰ ਅਗਲੇ 48 ਘੰਟਿਆਂ ਦੇ ਵਿੱਚ ਵੈਬ ਪੇਜਾਂ ਨੂੰ ਐਕਸੈਸ ਕਰਨ ਦੇ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਜੇਕਰ ਤੁਸੀਂ ਵੈਬਸਾਈਟਸ ਖੋਲ ਰਹੇ ਹੋ ਫੇਸਬੁੱਕ ਖੋਲ ਰਹੇ ਹਾਂ ਜਾਂ ਹੋਰ ਵੈਬਸਾਈਟਸ ਜਿਹੜੀਆਂ ਤੁਸੀਂ ਖੋਲਦੇ ਹੋ ਤੁਹਾਨੂੰ ਉਹ ਖੋਲਣ ਦੇ ਵਿੱਚ ਦਿੱਕਤ ਆ ਸਕਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ तमाम ਵੈਬਸਾਈਟਸ ਜਿਹੜੀਆਂ ਇਸ ਖਬਰ ਨੂੰ ਰਿਪੋਰਟ ਕਰ ਰਹੀਆਂ ਹਨ ਅਸੀਂ ਉਹ ਸਾਰੀਆਂ ਵੈਬਸਾਈਟਸ ਤੁਹਾਨੂੰ ਦਿਖਾਉਣ ਦੀ ਕੰਪਿਊਟਰ ਸਕਰੀਨ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਇਕਨੋਮਿਕ ਟਾਈਮਜ਼ ਦੇ ਵੱਲੋਂ ਇਹ ਖਬਰ ਜਿਹੜੀ ਹੈ ਰਿਪੋਰਟ ਕੀਤੀ ਗਈ ਹੈ ਇੰਟਰਨੈਟ ਯੂਜ਼ਰਸ ਟੂ ਐਕਸਪੀਰੀਅੰਸ ਨੈਟਵਰਕ ਡਿਫਿਕਲਟੀਜ਼ ਇਨ ਨੈਕਸਟ 48 ਆਵਰਸ ਇਹ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਰਿਪੋਰਟ ਇਕਨੋਮਿਕ ਟਾਈਮਜ਼ ਦੀ ਹੈਗੀ ਇਕਨੋਮਿਕ ਟਾਈਮਜ਼ ਇੱਕ ਮੰਨਿਆ ਪਰਮੰਨਿਆ ਅੰਗਰੇਜ਼ੀ ਦਾ ਅਖਬਾਰ ਹੈ ਔਰ ਇਹ ਜਿਹੜਾ ਇਕਨੋਮਿਕ ਟਾਈਮਜ਼ ਉਹ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦਿਖਾਉਣੇ ਆ ਇਹ ਟਾਈਮਜ਼ ਨਾਓ ਦੀ ਹੈ ਹੈ ਟਾਈਮਜ਼ ਨਾਓ ਵੀ ਕਹਿ ਰਿਹਾ ਹੈ ਕਿ ਇੰਟਰਨੈਟ ਅਕ੍ਰੋਸ ਦ ਗਲੋਬ ਲਾਈਕ ਲਾਈਕਲੀ ਟੂ ਫੇਸ ਜਦੋਂ ਅਸੀਂ ਲਾਈਕਲੀ ਦੀ ਗੱਲ ਕਰ ਕਰਦੇ ਆ ਤਾਂ ਹੋ ਸਕਦਾ ਹੈ ਹੋਵੇ ਹੋ ਸਕਦਾ ਹੈ ਨਾ ਹੋਵੇ ਦੋਨੋਂ ਚੀਜ਼ਾਂ ਜਿਹੜੀਆਂ ਉਹ ਪੋਸੀਬਲ ਹੈਗੀਆਂ ਨੇ ਸੋ ਲਾਈਕਲੀ ਟੂ ਫੇਸ ਸ਼ਟਡਾਊਨ ਫਾਰ ਨੈਕਸਟ 48 ਆਰਸ ਇਹ ਹੈ ਪਰ ਤੀਸਰੀ ਜਿਹੜੀ ਇੰਪੋਰਟੈਂਟ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇੰਡੀਆ ਟਾਈਮਸ ਨੇ ਰਿਪੋਰਟ ਕੀਤਾ ਹੈ ਕਿ ਨੋ ਦ ਇੰਟਰਨੈਟ ਇਜ਼ ਨਾਟ ਗੋਇੰਗ ਟੂ ਬੀ ਆਫਲਾਈਨ ਫਾਰ 40 ਆਰਸ ਫਾਰ ਮੇਨਟੇਨੈਂਸ ਕਿ ਨਹੀਂ ਪੂਰਾ ਇੰਟਰਨੈਟ ਬੰਦ ਨਹੀਂ ਹੋਊਗਾ ਇਹ ਸਿਰਫ ਅਫਵਾਹ ਹੈ ਕਿ ਪੂਰਾ ਇੰਟਰਨੈਟ ਬੰਦ ਹੋਊਗਾ ਦੁਨੀਆ ਦੇ ਵਿੱਚ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਜਿਹੜੇ ਪੂਰੀ ਦੁਨੀਆ ਦੇ ਜੇਕਰ ਉਹ ਆਪਣੀ ਤਿਆਰੀ ਨਹੀਂ ਕਰਦੇ ਤਾਂ ਹੀ ਇਹ ਇੰਟਰਨੈਟ ਬੰਦ ਹੋਣ ਦੀ ਸਮੱਸਿਆ ਜਿਹੜੀ ਹੈ ਉਹ ਆ ਸਕਦੀ ਹੈ ਇਸੇ ਤਰ੍ਹਾਂ ਇੰਡੀਆ ਟੁਡੇ ਦੀ ਵੈਬਸਾਈਟ ਵੀ ਇਸ ਨੂੰ ਦਿਖਾ ਰਹੀ ਹੈ ਉਹਦੇ ਤੇ ਵੀ ਇਹ ਖਬਰ ਹੈ ਕਿ ਇੰਟਰਨੈਟ ਯੂਜ਼ਰਸ ਅਕਰੋਸ ਗਲੋਬ ਕੁਡ ਐਕਸਪੀਰੀਅੰਸ ਨੈਟਵਰਕ ਫੇਲਿਅਰਸ ਜਾਂ ਤਾਂ ਤੁਹਾਡਾ ਨੈਟਵਰਕ ਬੰਦ ਹੋ ਸਕਦਾ ਹੈ ਜਾਂ ਜੇ ਤੁਹਾਡਾ ਤਿਆਰ ਨਹੀਂ ਹੈ ਤਾਂ ਉਹ ਉਹਦੀ ਤਿਆਰੀ ਨਹੀਂ ਹੈ ਤੁਹਾਡੇ ਸਰਵਿਸ ਪ੍ਰੋਵਾਈਡਰ ਦੀ ਤਾਂ ਵੀ ਮੇਰੇ ਸਹਿਯੋਗੀ ਰਵਿੰਦਰ ਸਿੰਘ ਮੇਰੇ ਨਾਲ ਨੇ ਰਵਿੰਦਰ ਕੀ ਜਾਣਕਾਰੀ ਹੈ ਇਸ ਦੇ ਮੁਤਲਕ ਦੇਖੋ ਸਿਮਰਨ ਜੋ ਜੋ ਇਹ ਨਿਊਜ਼ ਆ ਰਹੀ ਹੈ ਮੀਡੀਆ ਚ ਕਿ ਵੀ ਬੰਦ ਹੋ ਸਕਦਾ ਇੰਟਰਨੈਟ ਜੇ ਇਹ ਬੰਦ ਹੁੰਦਾ 48 ਘੰਟਿਆਂ ਲਈ ਤਾਂ ਬਹੁਤ ਵੱਡਾ ਇੱਕ ਡਰਾਪ ਬੈਕ ਹੋਏਗਾ ਬਹੁਤ ਜੋ ਵੀ ਐਕਸ ਨੈਟ ਨੇ ਨੈਟ ਨਾਲ ਚੱਲਣ ਵਾਲੀਆਂ ਚੀਜ਼ਾਂ ਨੇ ਹਵਾਈ ਜਹਾਜ਼ ਰੇਲ ਗੱਡੀਆਂ ਈਵਨ ਫੋਨ ਸਭ ਕੁਝ ਹੀ ਬੰਦ ਹੋ ਸਕਦਾ ਹੈ ਸਟਾਕ ਐਕਸਚੇਂਜ ਸਟਾਕ ਐਕਸਚੇਂਜ نیچے ਆ ਜਾਏਗੀ ਤੁਸੀਂ ਐ ਐਕਸਚੇਂਜ ਕਰਦੇ ਹੋ ਹਮ ਬੈਂਕ ਚੋਂ ਤੁਸੀਂ ਇੰਟਰਨੈਟ ਬੈਂਕਿੰਗ ਕਰਦੇ ਹੋ ਤਾਂ ਬੈਂਕਿੰਗ ਸਿਸਟਮ ਲਾਈਕ ਫੇਲਿਅਰ ਹੋ ਜਾਊਗਾ ਬੈਂਕਿੰਗ ਸਿਸਟਮ ਫੇਲਿਅਰ ਇਹ ਬਹੁਤ ਵੱਡਾ ਇੱਕ ਝਟਕਾ ਲੱਗ ਸਕਦਾ ਹੈ ਹਰੇਕ ਦੇਸ਼ ਦੀ ਇਕਨੋਮੀ ਨੂੰ ਕਿਉਂਕਿ ਇੰਟਰਨੈਟ ਬੈਂਕਿੰਗ ਇਸ ਵੇਲੇ ਸਭ ਤੋਂ ਵੱਡਾ ਜ਼ਰੀਆ ਬਣ ਚੁੱਕਿਆ ਹੈ ਵਿਦੇਸ਼ਾਂ 'ਚ ਪੈਸੇ ਭੇਜਣ ਦਾ ਉਧਰੋਂ ਮੰਗਵਾਉਣ ਦਾ ਜੇ ਇਹੇ ਚੀਜ਼ ਬੰਦ ਹੁੰਦੀ ਆ ਤਾਂ ਇਹ ਬਹੁਤ ਵੱਡਾ ਝਟਕਾ ਹੋਏਗਾ ਸਰਕਾਰਾਂ ਨੂੰ ਬਿਲਕੁਲ ਰਵਿੰਦਰ ਸੋ ਵੱਡੀ ਖਬਰ ਹੈ ਕਿ ਇਟ ਇਜ਼ ਲਾਈਕਲੀ ਟੂ ਬੀ ਕਿ ਹੋ ਸਕਦਾ ਇਸ ਤਰ੍ਹਾਂ ਹੋਵੇ ਔਰ ਹੋ ਸਕਦਾ ਹੈ ਕਿ ਨਾ ਹੋਵੇ ਦਿੱਕਤ ਨਾ ਤੁਹਾਨੂੰ ਮਹਿਸੂਸ ਨਾ ਕੋਈ ਦਿੱਕਤ ਆਵੇ ਕਾਰਨ ਇਹ ਹੈ ਕਿ ਜਿਹੜੀ ਕ੍ਰਿਪਟੋਗ੍ਰਾਫਿਕ ਕੀ ਬਦਲੀ ਜਾ ਰਹੀ ਹੈ ਉਹਦੇ ਤਹਿਤ ਇੱਕ ਸੁਰੱਖਿਆ ਵਿਧਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਡੋਮੇਨ ਨੇਮ ਸਿਸਟਮ ਹੈਗਾ ਉਹਦੋਂ ਔਰ ਇਸ ਦੇ ਤਹਿਤ ਜਿਹੜਾ ਰੱਖ-ਰਖਾਵ ਕੀਤਾ ਜਾ ਰਿਹਾ ਹੈ ਪੂਰੇ ਗਲੋਬਲ ਸਰਵਰਸ ਨੇ ਉਸ ਸ਼ਟਡਾਊਨ ਕੀਤੇ ਜਾਣਗੇ ਔਰ ਇਸ ਦੇ ਨਾਲ ਜੇਕਰ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਜਿਹੜੇ ਤੁਹਾਡੇ ਉਹਨਾਂ ਦੀ ਕੋਈ ਤਿਆਰੀ ਨਹੀਂ ਹੈ ਜੇਕਰ ਉਹ ਤਿਆਰ ਨਹੀਂ ਹੈਗੇ ਤਾਂ ਤੁਹਾਨੂੰ ਇਹ ਦਿੱਕਤ ਆ ਸਕਦੀ ਹੈ ਤੁਹਾਡੇ ਨੈਟਵਰਕ ਦੇ ਵਿੱਚ ਕੋਈ ਇਸ਼ੂਜ਼ ਆ ਸਕਦੇ ਆ ਜਾਂ ਕੰਪਲੀਟ ਬੰਦ ਹੋ ਸਕਦਾ ਹੈ ਜਾਂ ਫਿਰ ਇਹ ਵੀ ਇੱਕ ਪੋਸਿਬਿਲਟੀ ਹੈ ਕਿ ਬੰਦ ਨਾ ਹੋਵੇ ਜੇਕਰ ਤੁਹਾਡੇ ਸਰਵਿਸ ਪ੍ਰੋਵਾਈਡਰਸ ਨੇ ਤਿਆਰੀ ਹੋਈ ਹੈ ਇਸ ਖਬਰ ਦੇ ਉਤੇ ਅਸੀਂ ਬਣੇ ਰਵਾਂਗੇ ਤੁਸੀਂ ਲਗਾਤਾਰ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ